सत श्री अकाल जी, मैं अमित चावला, तुसी देख रहे हो दैनिक सवेरा टीवी। रोज़ बुढ़लाडे दे विच चोरियां दा रुझान वध्या जा रहा है ते लोकां दी कुटमार जिहड़ी शरेआम कीती जा रही है। की हो रहा है, शहर दा बुरा हाल हो रहा है, गल्लबात करन जा रहे हैं बीजेपी दे प्रधान राकेश जैन जी भी मौजूद ने, इक होर दुकानदार भी मौजूद ने जिस दे नाल पिछले दिन ही एडा वड्डा जिहड़ा उस दे नाल भी उहदा हादसा होया। की होया सब तो पहला तो तुहाडे तो जानकारी लैने, की होया जी? मेरे बही खाते ते मैं पैसे दी बैग दो बैग लै गया चोरी करके जी। जी, किस तरह दा उहदा बिहेव सी ते किवें तुहानूं पता लग्गिया जी? मैनूं कुछ नहीं, मैं अंदर फलश गया होया सी जी। ਜੀ, ਬਾਥਰੂਮ ਮੇਰਾ ਬਣਿਆ ਅੰਦਰ ਬਾਥਰੂਮ ਜੀ, ਤੇ ਬਸ ਉਹ ਲੈ ਗਿਆ ਚੱਕ ਕੇ ਜੀ। ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਚੀਜ਼ ਦਾ? 4 ਵਜੇ ਜੀ। 4 ਵਜੇ? ਹਾਂਜੀ। ਤਾਂ ਜੇ ਰੂਪ ਦੀ ਗੱਲ ਕਰੀਏ ਕਿੱਦਾਂ ਦਾ ਰੂਪ ਸੀ ਉਹਦਾ? ਉਹ ਅਮਰਧਾਰੀ ਸੀ ਜੀ। ਜੀ ਹਾਂਜੀ, ਤੇ ਅਮਰਧਾਰੀ ਉਹਦਾ ਰੂਪ ਸੀ। ਤਾਂ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਤਾਂ ਪੁਲਿਸ ਵਾਲਿਆਂ ਨੇ ਕੀ ਸਹਿਯੋਗ ਦਿੱਤਾ? ਦਰਜ ਕੀਤੀ ਹੈ ਜੀ, FIR ਦਰਜ ਕੀਤੀ ਹੈ। ਹਾਂਜੀ, ਪੁਲਿਸ ਵੱਲੋਂ ਪੂਰਨ ਤੌਰ ਤੇ ਸਹਿਯੋਗ ਮਿਲ ਰਿਹਾ? ਹਾਂਜੀ ਹਾਂਜੀ, ਪੁਲਿਸ ਪੂਰਾ ਲਗਾਤਾਰ ਤੁਹਾਡੇ ਕੋਲ ਆ ਰਹੀ ਹੈ। ਹਾਂਜੀ ਜੀ, ਜੈਨ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਦੇਖੋ, ਗੱਲ ਇਹ ਹੈ ਬੁਢਲਾਡਾ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਨੇ, ਮੈਂ ਬੁਢਲਾਡਾ ਕਿ ਸਾਰੇ ਪੰਜਾਬ ਦੇ ਵਿੱਚ ਹੀ ਇੰਨਾ ਕੁ ਮਾਹੌਲ ਖਰਾਬ ਹੋ ਰਿਹਾ ਵੀ ਰੋਜ਼ਾਨਾ ਯਾਨੀ ਕਿ ਵੀ ਕੋਈ ਨਾ ਕੋਈ ਚੋਰੀਆਂ ਡਕੈਤੀਆਂ, ਜਿਹੜੇ ਗੁੰਡਾ ਅੰਸਰ ਨੇ ਯਾਨੀ ਕਿ ਜਾਂ ਸ਼ਰਾਰਤੀ ਅੰਸਰ ਨੇ, ਉਹਨਾਂ ਦਾ ਦਿਲ ਪੂਰਾ ਖੁੱਲ੍ਹਿਆ ਹੋਇਆ ਇਸ ਟਾਈਮ 'ਤੇ, ਕੋਈ ਉਹਨਾਂ ਨੂੰ ਨੱਥ ਪਾਉਣ ਵਾਲਾ ਨਹੀਂ ਹੈਗਾ। ਪਰਸੋਂ ਦੀ ਬਾਤ, ਦੋ ਦਿਨ ਦਿਨ ਪਹਿਲਾਂ ਹੀ ਘਟਨਾ ਹੈ, ਕਲਾਣੇ ਤੋਂ ਆਪਣੇ ਉਰੇ ਅੰਮ੍ਰਿਤਪਾਲ ਆਪਣੀ ਦੁਕਾਨ ਵਧਾ ਕੇ ਆ ਰਿਹਾ ਸੀ, ਰਸਤੇ 'ਚ ਬੰਦਿਆਂ ਨੇ ਘੇਰ ਕੇ ਉਹਦਾ ਸਿਰ ਪਾੜਤਾ ਅਤੇ ਮੁੰਡੇ ਦੀ ਬਾਂਹ ਤੋੜਤੀ। ਪਰਸੋਂ ਇੱਕ ਆਪਣੇ ਸਾਡੇ ਦੇ ਮੋਟਰਸਾਈਕਲ ਸ਼ਰੇਆਮ ਘਰੋਂ ਉਹਦੇ ਚੱਕ ਕੇ ਲੈ ਗਿਆ, ਉਹਦੇ ਹੱਥੋਂ ਹੀ ਖੋਹ ਕੇ ਲੈ ਗਏ ਬਾਊ ਜੀ ਦੀ ਦੁਕਾਨ ਦੇ ਉੱਤੇ, ਸਾਡੇ ਨਰਸੀ ਰਾਮ ਜੀ ਦੁਕਾਨ ਤੋਂ, ਦੁਕਾਨ ਦੇ ਉੱਤੋਂ ਯਾਨੀ ਕਿ ਵੀ ਬੈਗ ਦਿਨ ਦਿਹਾੜੇ ਬੈਗ ਚੱਕ ਕੇ ਲੈ ਗਏ ਵੀ ਯਾਨੀ ਕਿ ਇਹਦੇ 'ਚ ਪੈਸੇ ਵੀ ਪਏ ਨੇ ਇਹਨਾਂ ਦਾ, ਯਾਨੀ ਕਿ ਜਿਹੜਾ ਹੈਗਾ ਕਿਸੇ ਨੇ ਹੋਲਸੇਲਰ ਨੂੰ ਦੇਣੇ ਸੀ ਅਤੇ ਆਪਣਾ ਅਕਾਊਂਟਸ ਸਾਰੀਆਂ ਬਈਆਂ ਖਾਤੇ ਵਿੱਚ ਨੇ ਅੱਜ, ਯਾਨੀ ਕਿ ਵੀ ਕੋਈ ਇਸ ਕਰਕੇ ਹਰ ਕੋਈ ਆਪਣੇ ਆਪ ਨੂੰ ਡਰਿਆ ਮਹਿਸੂਸ ਕਰ ਰਿਹਾ, ਚਾਹੇ ਉਹ ਕੋਈ ਵਪਾਰੀ ਹੈ, ਚਾਹੇ ਕਿਸਾਨ ਹੈ, ਚਾਹੇ ਕੋਈ ਲੇਬਰ ਵਾਲਾ ਹੈ। ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਨੱਥ ਪਾਈ ਜਾਵੇ ਔਰ ਉਹਨਾਂ ਨੇ ਸਭ ਯਾਨੀ ਕਿ ਵੀ ਮਾੜੀ ਸਖਤਾਈ ਕੀਤੀ ਜਾਵੇ। ਅੱਜ ਬਹੁਤ ਜ਼ਿਆਦਾ ਖੁੱਲ੍ਹੇਆਮ ਯਾਨੀ ਕਿ ਜਿਹੜਾ ਹੈਗਾ ਇਹ ਨੰਗਾ ਨਾਚ ਜਿਹੜਾ ਹੈਗਾ ਆਪਾਂ ਕਹੀਏ ਵੀ ਹੋ ਰਿਹਾ, ਇਹਦੇ ਉੱਤੇ ਅਸੀਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਵੀ ਇਹੋ ਜਿਹੇ ਯਾਨੀ ਕਿ ਵੀ ਜਿਹੜੇ ਹੈਗੇ ਨੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਤੇ ਨੱਥ ਪਾਣੀ ਚਾਹੀਦੀ ਹੈ। ਲਾਹਣਤ ਭਰੀ ਗੱਲ ਹੈ ਜੀ ਇਹ। ਇਹਦੇ ਬਾਰੇ ਜਿਹੜੀ ਇਹ ਚੋਰੀ ਹੋਈ ਹੈ ਨਾ, ਨਰਸੀ ਰਾਮ ਦੀ ਦੁਕਾਨ ਦੇ ਵਿੱਚੋਂ ਇਹ ਫਲੈਕਸ ਕਨੀ ਗਿਆ ਹੋਇਆ ਸੀ, ਸੁਣਾ ਦੇਖ ਕੇ ਉਹ ਬੈਗ ਚੱਕ ਕੇ ਲੈ ਗਿਆ ਬੰਨਿਆਂ ਵਾਲਾ। ਇਹ ਬਹੁਤ ਮਾੜੀ ਗੱਲ ਹੈ, ਇਹ ਇਸ ਗੁਰੂ ਦੇ ਚੋਲੇ ਦੇ ਥੱਲੇ ਵੀ ਨਾ ਪਾ ਕੇ ਕਿਰਪਾ ਨਾ, ਇਹ ਬਹੁਤ ਲੋਕ ਗਲਤ ਕੰਮ ਕਰਦੇ ਆ, ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਤਾਂ ਪਤਾ ਲੱਗ ਗਿਆ ਵੀ ਜੇ ਬੰਦੇ ਦਾ, ਅਸੀਂ ਤਾਂ ਇਹਨੂੰ ਬੰਨ ਕੇ ਲਿਆਵਾਂਗੇ। ਮੈਂ ਬੁੱਢੇ ਦਲ ਦਾ ਜਥੇਦਾਰ ਹਾਂ, ਬਾਬਾ ਮਾਨ ਸਿੰਘ ਗਰੁੱਪ ਦਾ, ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ, ਅਤੇ ਅਸੀਂ ਇਹਨਾਂ ਦੇ ਜੈਨ ਹੋਰਾਂ ਦੇ ਨਾਲ ਹਾਂ। ਸਾਥੋਂ ਕੋਈ ਵੀ ਸਾਨੂੰ ਪਤਾ ਲੱਗੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ। ਇਹ ਬਾਕੀ ਸਾਡੇ ਜਿਹੜੇ ਮਤਲਬ ਇਹ ਚੋਲੇ ਦੇ ਵਿੱਚ ਨਾ ਬਹੁਤ ਗਲਤ ਕੰਮ ਕਰਦੇ ਨੇ, ਇਹ ਬੁਢਲਾਡੇ ਦੇ ਵਿੱਚ ਇਹਦੀਆਂ ਮਾੜੀ ਹਾਲਤ ਹੈ। ਤੁਸੀਂ ਐਂ ਦੇਖ ਲਓ, ਦਿਨ ਦਿਹਾੜੇ ਬੈਗ ਚੱਕਣੇ, ਦੁਕਾਨਾਂ ਦੀ ਚੋਰੀ, ਜਾਂ ਕੋਈ ਮਤਲਬ ਬਾਹਰੋਂ ਦੁਕਾਨ ਵਧਾ ਕੇ ਆਉਂਦਾ ਕਿਸੇ ਪਿੰਡ 'ਚੋਂ, ਅਤੇ ਉਹ ਰਾਹ 'ਚ ਉਹਦੀ ਲੁੱਟ ਖੋਹ ਕਰਦੇ ਨੇ ਇਹ ਰਾਹਾਂ 'ਚ ਖੜ ਕੇ। ਇਹ ਭਗਵੰਤ ਮਾਨ ਸਰਕਾਰ, ਮੈਨੂੰ ਐਂ ਨਹੀਂ ਪਤਾ ਲੱਗਦਾ ਕਰਦੀ ਕੀ ਹੈ। ਇਕੱਲੀ ਇਹ ਕਿੱਕਲੀ ਕਲੀਰ ਦੀ ਨਾਲ ਨਹੀਂ ਕੰਮ ਚੱਲਣਾ, ਤੂੰ ਜਿਹੜੇ ਸ਼ੇਰ ਜੇ ਗਾਉਣਾ ਹੈ ਸਟੇਜਾਂ 'ਤੇ ਖੜ੍ਹ ਕੇ ਲੋਕਾਂ ਨੂੰ ਸੌਣਾ, ਕੁਛ ਕਰਕੇ ਦਿਖਾ ਜੋਗੀ ਵਾਂਗੂ। ਇਹ ਨਹੀਂ ਹੈਗਾ ਵੀ ਤੂੰ ਪੰਜਾਬ ਦਾ, ਤੈਨੂੰ ਮੁੱਖ ਮੰਤਰੀ ਤੇਰਾ ਸਿੱਧਾ ਕੁਰਸੀ ਨੂੰ ਹੱਥ ਪੈ ਗਿਆ, ਤਿੰਨ ਤਿੰਨ ਤੂੰ ਹਜ਼ਾਰ ਹਜ਼ਾਰ ਰੁਪਇਆ ਬੁੜੀਆਂ ਨਾਲ ਕਰਕੇ ਝੂਠ ਤੂਫਾਨ ਮਾਰ ਕੇ ਆਪਦੀ ਸਰਕਾਰ ਲਿਆ ਆ। ਜਿਹਦੇ ਘਰ 3 ਬੁੜੀਆਂ ਸੀ ਉਹਨਾਂ ਨੂੰ ਐਂ ਸੀ ਵੀ 3000 ਆ ਜੂ, ਅੱਜ 2.5 ਸਾਲ ਹੋ ਗਏ, ਦੱਸ ਕਿਹੜੀ ਬੁੜੀ ਨੂੰ ਤੂੰ 1000 ਰੁਪਇਆ ਦਿੱਤਾ? ਤੇਰੇ ਰਾਜ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਦੀਆਂ, ਗੱਡੀਆਂ ਦੇ ਵਿੱਚ ਲੋਕਾਂ ਨੂੰ ਮਾਰਿਆ ਜਾਂਦਾ, ਅਤੇ ਤੂੰ ਕਿੱਕਲੀ ਕਲੀਰ ਦੀ ਖੇਡੀ ਜਾਂਦਾ, ਕਦੇ ਮਜੀਠੀਏ ਦੀ ਗੱਲ ਬਣਾ ਕੇ ਲੋਕਾਂ ਨੂੰ ਸੌਣ ਦਾ ਨਹੀਂ, ਤੈਨੂੰ ਵੋਟਾਂ ਪਾਈਆਂ ਲੋਕਾਂ ਨੇ, ਤੈਨੂੰ ਕੰਮ ਕਰਨ ਦੀਆਂ ਵੋਟਾਂ ਲਾਈਆਂ ਪਾਈਆਂ ਲੋਕਾਂ ਨੇ, ਤੇਰਾ ਤੈਨੂੰ 90-92 MLA ਦਿੱਤੇ ਆ, ਤੈਨੂੰ ਇਹੋ ਜਿਹੇ ਸ਼ੇਰ ਨਹੀਂ ਗਾਉਣ ਵਾਸਤੇ ਦਿੱਤੇ ਲੋਕਾਂ ਨੇ, ਕੰਮ ਕਰਕੇ ਦਿਖਾ, ਜਿਹੜੇ ਵਾਅਦੇ ਕਰੇ ਨੇ ਉਹ ਪੂਰੇ ਕਰ। ਅਤੇ ਐਂ ਨਹੀਂ ਹੈਗਾ ਵੀ ਤੂੰ ਗੁਜਰਾਤ 'ਚ ਤੁਰਿਆ ਫਿਰੇ, ਦੂਜੀਆਂ ਸਟੇਟਾਂ 'ਚ ਤੁਰਿਆ ਫਿਰੇ, ਰੈਲੀਆਂ ਕਰਦਾ, ਹਰਿਆਣੇ 'ਚ ਫਿਰਦਾ ਰਿਹਾ, ਤੂੰ ਕੀ ਬਣਿਆ? ਤੇਰਾ 1 ਸੀਟ ਵੀ ਨਹੀਂ ਆਈ ਤੇਰੀ, ਅਤੇ ਹੈਂ ਹਾਂਜੀ ਇਹ ਸੱਚਾਈ ਹੈ ਇਹ। ਜੇ ਲੋਕ ਕੰਮ ਨੂੰ ਦੇਖਦੇ ਨੇ, ਮੋਦੀ ਸਾਹਿਬ ਨੇ ਕੰਮ ਕਰੇ ਨੇ ਤਾਂ ਕਰਕੇ ਸੈਂਟਰ 'ਚ 3ਵਾਰ ਸਰਕਾਰ ਆਈ, ਹਰਿਆਣੇ 'ਚ 3ਵਾਰ ਆਈ, ਇਹ ਲੋਕ ਉਹਦੇ ਪੈਰ ਖਿੱਚਦੇ ਆ। ਅਤੇ ਇਹ ਨਾ ਇਹ 'ਤੇ ਕੰਟਰੋਲ ਕਰ ਮੇਰਾ ਵੀਰ ਭਗਵੰਤ ਮਾਨ, ਸਹੁਰੀ ਸਹੁਰੀ ਵੀ ਘੱਟ ਜਾ, ਤੂੰ ਨਵਾਂ ਵਿਆਹ ਕਰਾਇਆ ਉੱਧਰ ਹੀ ਤੁਰਿਆ ਫਿਰਦਾ ਹਰਿਆਣੇ 'ਚ, ਅਤੇ ਇੱਥੇ ਕੰਮ ਕਰਕੇ ਦਿਖਾ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ ਨਾ, ਇਹਨਾਂ 'ਤੇ ਕੰਟਰੋਲ ਕਰ ਮਾੜਾ ਮੋਟਾ। ਇਹ ਪੀੜ ਦੌਰਾਨ ਜਿੰਨੀਆਂ ਵੀ ਕੋਈ ਚੋਰੀ ਦੀਆਂ ਵਾਰਦਾਤਾਂ ਹੋਈਆਂ, ਦੇਖੋ ਚਲੋ ਇਹ ਤਾਂ ਇੱਕ ਇਹੋ ਜਿਹੀ ਘਟਨਾ ਵਾਪਸ ਹੋ ਜਾਂਦੀ ਹੈ, ਪਰ ਅਸੀਂ ਸਾਰਿਆਂ ਨੂੰ ਡਿਟੈਕਟ ਕੀਤਾ, ਟਰੇਸ ਕੀਤਾ ਔਰ ਦੋਸ਼ੀਆਂ ਨੂੰ ਅਸੀਂ ਅਦਾਲਤ ਦੇ ਸਾਹਮਣੇ ਲੈ ਕੇ ਗਏ ਹਾਂ ਸਜ਼ਾ ਵਾਸਤੇ। ਇਹਨਾਂ ਨੂੰ ਵੀ ਅਸੀਂ ਟਰੇਸ ਕਰ ਲਵਾਂਗੇ ਜਲਦੀ, ਅਤੇ ਦੋਸ਼ੀ ਤੁਹਾਡੇ ਸਾਹਮਣੇ ਆਉਣਗੇ।
बाकी मैं शहर वासियों कह दा जिवें त्यौहारां दा दिन है भी वो अपनिया दुकाना जां अपने वहीकलों ला वास ना छड्डो शहर के बच्चे जो कोई उन्होंने माड़ा अंसर फिरता दिसदा है जां कोई होर हुंदा सानूं तलाह देण लोगों के सहयोग बिना असीं कदे भी कामयाब नहीं हुंदे साढ़े कोले कोई इनफॉर्मेशन आउंदी है वह भी ज़्यादातर लोगों के थ्रू ही आउंदी है जिन्ना चिर लोग साडा सहयोग करनगे असी हर वक्त उन्हां दी सेवा वास्ते ते उन्हां दे उस वास्ते हाजिर हाँ ते हर काम च असी कामयाब हाँ अज तक कोई किसी को डरने की लोड़ नहीं असी हर वक्त हाजिर हाँ पर मैं जो लोगों तो सहयोग मंगदा भी जे कोई लावारस बंदा मोटरसाइकिल खड़ा के जाता है जां कोई होर इहो जिहा वहीकल जिहड़ा उन्हां नूं लगदा कि बिना नंबर मोटरसाइकिल घूम रहा है तो वह फौरन सानूं तलाह दे ताकि असी उन्हें चैक कर सकीए जाए जी उत्ते कानूनी कोई कार्रवाई करने की कर सकी। दोस्तों तुसीं हुणी जाणिआ कि एस एच ओ सुरजीत सिंह ने दस्सिआ कि तुहानूं डरन की लोड़ नहीं लोगों का वध तो वध जिहड़े ये सहयोग करन जे पुलिस का जिक्र तुसीं सहयोग करोगे तो जिन्हें भी गलत अंसर ने उन्हां ते जिहड़ी लगाम है वह जल्दी जिहड़ी कसी जाएगी। कैमरा परसन बिट्टू स्टूडियो दे नाल मैं अमित चावला दैनिक सवेरा टीवी बुढ़लाडा। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।